ਹਾਂਜੀ ਦੋਸਤੋ ਸਾਰੇ ਵੀਰਾਂ ਦਾ ਬਹੁਤ-ਬਹੁਤ ਸਵਾਗਤ ਹੈ ਜੀ ਅੱਜ ਦੀ ਵੀਡੀਓ ਦੇ ਵਿੱਚ ਗੱਲਬਾਤ ਕਰਾਂਗੇ ਪੰਜਾਬ ਅਤੇ ਹਰਿਆਣਾ ਦੇ ਵੱਖ-ਵੱਖ ਮੰਡੀਆਂ ਅਤੇ ਏਰੀਆਾਂ ਦੇ ਵਿੱਚ ਤੂੜੀ ਤੇ ਰੇਟ ਦੇ ਨਾਲ ਸੰਬੰਧਿਤ ਸਭ ਤੋਂ ਪਹਿਲਾਂ ਜੇਕਰ ਗੱਲ ਕਰੀਏ ਪੰਜਾਬ ਸਭ ਤੋਂ ਪਹਿਲਾਂ ਜੇਕਰ ਗੱਲ ਕਰੀਏ ਪੰਜਾਬ ਦੇ ਵਿੱਚ ਸ੍ਰੀ ਅੰਮ੍ਰਿਤਸਰ ਸਾਹਿਬ ਮੰਡੀ ਦੀ ਤੰਸ ਇੱਥੇ ਲਗਭਗ ਤੂੜੀ ਦਾ ਰੇਟ ਜੋ ਕਿ 600 ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਚੱਲ ਰਿਹਾ ਜਦਕਿ ਸ੍ਰੀ ਤਰਨਤਾਰਨ ਸਾਹਿਬ ਦੇ ਵਿੱਚ 600 ਰੁਪਏ ਇਸ ਤੋਂ ਇਲਾਵਾ ਸਨਾਮ ਦੇ ਵਿੱਚ 570 ਪਟਿਆਲਾ 610 ਸੰਗਰੂਰ 700 ਦੇ ਲਗਭਗ ਲੁਧਿਆਣਾ ਮੰਡੀ ਦੇ ਵਿੱਚ ਜੋ ਕਿ 700 ਦੇ ਲਗਭਗ ਗੁਰੰਦਰ ਦੇ ਵਿੱਚ ਵੀ ਜੋ ਕਿ 650 ਦੇ ਲਗਭਗ ਰੇਟ ਚੱਲ ਰਿਹਾ ਇਸ ਤੋਂ ਇਲਾਵਾ ਬਠਿੰਡਾ ਦੇ ਵਿੱਚ 6 ਤੋਂ 700 ਦੇ ਲਗਭਗ ਜਦ ਕਿ ਬਰਨਾਲਾ ਦੇ ਵਿੱਚ 550 ਤੋਂ 680 ਇਸ ਤੋਂ ਇਲਾਵਾ ਜੇਕਰ ਗੱਲ ਕਰੀਏ ਮਾਨਸਾ ਏਰੀਆ ਦੀ ਤਾਂ ਇੱਥੇ 550 ਰੁਪਏ ਸਰਦੂਰਗੜ੍ਹ ਦੇ ਵਿੱਚ 550 ਤਲਵੰਡੀ ਸਾਬੋ 570 ਰੋਜਪੁਰ ਦੇ ਵਿੱਚ 600 ਰੁਪਏ ਮੋਗਾ 570 ਕਪੂਰਥਲਾ 650 ਤੇ ਗਰਦਾਸਪੁਰ ਦੇ ਵਿੱਚ 550 ਜਦ ਕਿ ਹਰਿਆਣੇ ਦੇ ਵਿੱਚ ਸਿਰਸਾ ਮੰਡੀ ਦੇ ਵਿੱਚ ਜੋ ਕਿ 600 ਰੁਪਏ ਦੇ ਲਗਭਗ ਰਤੀਆ 550 ਫਤਿਹਵਾੜ ਦੇ ਵਿੱਚ 600 ਤਹਾਣਾ ਮੰਡੀ ਦੇ ਵਿੱਚ ਜੋ ਕਿ 500 ਤੋਂ ਲੈ ਕੇ 650 ਰਾਣੀਆਂ ਮੰਡੀ ਦੇ ਵਿੱਚ 500 ਹਸਾਰ ਮੰਡੀ ਦੇ ਵਿੱਚ 600 ਰੁਪਏ ਪ੍ਰਤੀ ਕੁਆਂਟਲ ਦੇ ਹਿਸਾਬ ਨਾਲ ਤੂੜੀ ਦਾ ਰੇਟ ਲੱਗ ਰਿਹਾ ਹੈ ਜੋ ਕਿ ਇਹ ਪਿੰਡਾਂ ਦੇ ਵਿੱਚ ਜੋ ਕਿ 100 ਰੁਪਏ ਦੇ ਲਗਭਗ ਫਰਕ ਕਰਦਾ ਰਿਹਾ 500 ਤੋਂ ਲੈ ਕੇ 550 ਦੇ ਲਗਭਗ ਤੇ ਜਦ ਕੀ ਮੰਡੀਆਂ ਦੇ ਵਿੱਚ 100 ਰੁਪਏ ਦਾ ਫਰਕ ਜੋ ਕਿ ਇਸ ਰੇਟ ਦੇ ਮੁਕਾਬਲੇ ਦੇਖਣ ਨੂੰ ਮਿਲ ਰਿਹਾ ਸੋ ਦੋਸਤੋ ਇਹ ਸੀ ਜਾਣਕਾਰੀ ਪੰਜਾਬ ਅਤੇ ਹਰਿਆਣਾ ਦੇ ਵਾਕ-ਵਾਕ ਏਰੀਆ ਦੇ ਵਿੱਚ ਤੂੜੀ ਦੇ ਰੇਟ ਦੇ ਨਾਲ ਸੰਬੰਧਿਤ ਮਿਲਾਂਗੇ ਅਗਲੀ ਵੀਡੀਓ ਵਿੱਚ ਫਿਰ ਤੋਂ ਤਾਜ਼ਾ ਅਪਡੇਟ ਲੈ ਕੇ ਤਦ ਤੱਕ ਲਈ ਧੰਨਵਾਦ ਜੀ